ਮਤਲਬ ਆਈ ਡੋਨਟ ਨੋ ਇਫ ਮਤਲਬ ਉਹਨੂੰ ਬੁਰਾ ਲੱਗੇ ਸ਼ਾਇਦ ਬਟ ਜੇ ਤੁਸੀਂ ਸਰਗੁਣ ਨਾਲ ਕਿਤੇ ਗਏ ਹੋ ਰੈਸਟੋਰੈਂਟ ਸ਼ੀ ਵਿਲ ਪੇ ਡਾਇਮੰਡ ਬੋਏ ਇਜ਼ ਅ ਡਾਇਮੰਡ ਬੋਏ ਤਾਂ ਉਹ ਉਹਨਾਂ ਨੇ ਮਤਲਬ ਅਸੀਂ ਸੁਰਖੀ ਬਿੰਦੀ ਤੋਂ ਬਾਅਦ ਵਿਆਹ ਨਹੀਂ ਕਰਾਉਣਾ ਉਹਨਾਂ ਸਤਿ ਸ਼੍ਰੀ ਅਕਾਲ ਗਾਈਜ਼, ਮੈਂ ਸ਼ਿਵਾਂਗੀ ਅਤੇ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬੀ ਟੇਸ਼ਨ। 17 ਮਾਰਚ ਨੂੰ ਫਿਲਮ ਆ ਰਹੀ ਹੈ ਨਿਗਾਹ ਮਾਰਦਾ ਆਈ ਵੇ, ਅਤੇ ਫਿਲਮ ਦੇ ਰਾਈਟਰ ਡਾਇਰੈਕਟਰ ਅਤੇ ਬੈਕਬੋਨ ਸਾਡੇ ਨਾਲ ਨੇ ਰੁਪਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫੋਰ ਕਮਿੰਗ ਫੋਰ ਦ ਟ੍ਰੇਲਰ ਲਾਂਚ। ਥੈਂਕ ਯੂ ਸੋ ਮਚ, ਅਤੇ ਤੁਹਾਡੀ ਸਮਾਈਲ ਬਹੁਤ ਪਿਆਰੀ ਹੈ। ਥੈਂਕ ਯੂ ਮਤਲਬ ਹਸਮੁੱਖ ਚਿਹਰੇ ਨਾਲ ਅਲੱਗ ਹੀ ਖਿਲ ਕੇ ਨਜ਼ਰ ਆਉਂਦੇ। ਯਾ ਮੈਨੂੰ ਖੁਦ ਨੂੰ, ਮੈਂ ਜਦੋਂ ਕਾਲਜ 'ਚ ਪੜ੍ਹਦਾ ਸੀ ਮੈਨੂੰ ਕੋਈ ਪੁੱਛਦਾ ਹੁੰਦਾ ਸੀ ਕੀ ਵਧੀਆ ਲੱਗਦਾ ਤੈਨੂੰ ਆਪਦੇ ਆਪ 'ਚ, ਮੈਂ ਹਮੇਸ਼ਾ ਇਹ ਕਹਿੰਦਾ ਸੀ ਮੇਰੀ ਸਮਾਈਲ, ਔਰ ਬਹੁਤ ਲਾਈਕ ਸਾਲਾਂ ਬਾਅਦ ਕਿਸੇ ਨੇ ਦੁਬਾਰਾ ਕਿਹਾ ਸੀ ਥੈਂਕ ਯੂ। ਫਾਈਨਲੀ ਨਿਗਾਹ ਮਾਰਦਾ ਆਈ ਵੇ ਫਿਲਮ ਦੀ ਕਹਾਣੀ ਟ੍ਰੇਲਰ ਦੇ ਵਿੱਚ ਹੋਣਾ ਚਾਹੀਦਾ, ਸਸਪੈਂਸ, ਕਨਫਿਊਜ਼ਨ ਬਹੁਤ ਹੈ, ਪਿਆਰ, ਹੇਟ, ਮਤਲਬ ਸਭ ਕੁਛ ਰੋਮ ਕੋਮ ਮਿਕਸ ਹੈ, ਬਟ ਤੁਸੀਂ ਕਿਵੇਂ ਸਟੋਰੀ ਬਾਰੇ ਸੋਚਿਆ, ਕਿਵੇਂ ਆਈਡੀਆ ਹੈ, ਕਿਵੇਂ ਲਿਖਤਾ ਤੁਸੀਂ ਸਾਰਾ? ਇਹ ਵੀ ਆਈ ਥਿੰਕ ਹਮੇਸ਼ਾ ਮੈਂ ਲਾਈਫ ਦੇ ਵਿੱਚ ਸੋਚਦਾ ਹੁੰਦਾ ਸੀਗਾ ਕਿ ਕੋਈ ਸਕਾਰਲੈਟ ਵਰਗੀ ਕੁੜੀ ਹਰਮਨ ਵਰਗੇ ਮੁੰਡੇ ਨੂੰ ਮਿਲੂਗੀ ਤਾਂ ਕੀ ਹੋਊਗਾ। ਅਤੇ ਫਿਰ ਮੈਂ ਆਈ ਥਿੰਕ 2014 ਦੇ ਵਿੱਚ ਮੈਂ ਇੱਕ ਸਟੋਰੀ ਲਿਖੀ ਸੀ, ਅਤੇ ਉਹ ਹੌਲੀ ਹੌਲੀ ਇਵੋਲਵ ਹੁੰਦੀ ਗਈ। ਐਜ਼ ਅ ਰਾਈਟਰ ਤੁਹਾਡੇ ਦਿਮਾਗ 'ਚ ਨਾ ਹਰ ਰੋਜ਼ ਕੁਛ ਨਾ ਕੁਛ ਨਵਾਂ ਆਈਡੀਆ ਆਉਂਦਾ, ਬਟ ਉਹ ਆਈਡੀਆ ਜਿਹੜਾ ਤੁਹਾਡੇ ਨਾਲ ਸਟਿੱਕ ਕਰ ਜੇ, ਜਿਹੜਾ ਤੁਹਾਡੇ ਦਿਮਾਗ 'ਚ ਰਹਿ ਜੇ, ਜ਼ਿਹਨ 'ਚ ਰਹਿ ਜੇ, ਔਰ ਇੰਨੇ ਸਾਲ ਰਹਿ ਜੇ, ਉਹ ਜ਼ਰੂਰ ਮਤਲਬ ਉਹਦੇ 'ਚ ਪੋਟੈਂਸ਼ੀਅਲ ਹੁੰਦਾ। ਸੋ ਸਰਗੁਣ ਨੂੰ ਮੈਂ ਸੁਣਾਈ, ਸ਼ੀ ਲਾਈਕਡ ਇਟ, ਅਤੇ ਸ਼ੀ ਸੈਡ ਯਾ ਲੈਟਸ ਡੂ ਇਟ। ਸੋ ਮੈਂ ਕਿਹਾ ਬਟ ਇਹ ਥੋੜ੍ਹੀ ਚੈਲੇਂਜਿੰਗ ਆ ਬਿਕੋਜ਼ ਲੋਕੇਸ਼ਨਸ ਬਹੁਤ ਆ ਇਹਦੇ 'ਚ, ਐਂਡ ਥੋੜ੍ਹਾ ਸ਼ੂਟ ਕਰਨਾ ਮੁਸ਼ਕਲ ਹੋਇਆ। ਸ਼ੀ ਲਾਈਕ ਇਟਸ ਓਕੇ, ਵਿਲ ਡੂ ਇਟ। ਸ਼ੀ ਇਜ਼ ਬਹੁਤ ਚੁਲਬਲੀ ਟਾਈਪ, ਔਰ ਉਹਨਾਂ ਦਾ ਨੇਚਰ ਹੀ ਇਸ ਤਰੀਕੇ ਦਾ ਹੈ, ਬਟ ਉਹਨਾਂ ਦੇ ਨੇਚਰ 'ਤੇ ਟੁਕਵਾਂ ਕਈ ਵਾਰੀ ਕੈਰੈਕਟਰ ਬਹੁਤ ਘੱਟ ਰਾਈਟਰ ਲਿਖ ਪਾਉਂਦੇ ਨੇ, ਅਤੇ ਬਹੁਤ ਸੋਹਣਾ ਲੱਗ ਰਿਹਾ, ਐਂ ਲੱਗ ਰਿਹਾ ਕਿ ਸਰਗੁਣ ਲਈ ਹੀ ਉਹ ਬਣਿਆ ਹੈ ਕੈਰੈਕਟਰ। ਯਾ ਉਹ ਐਕਚੁਲੀ ਮੈਨੂੰ ਪਹਿਲਾਂ ਨਹੀਂ ਪਤਾ ਸੀ, ਬਿਕੋਜ਼ ਅਸੀਂ ਮੈਂ ਇੰਨਾ ਨਹੀਂ ਸੀ ਜਾਣਦਾ ਸਰਗੁਣ ਨੂੰ। ਇਨਫੈਕਟ ਅਸੀਂ ਸੁਰਖੀ ਬਿੰਦੀ ਦੇ ਸੈੱਟ 'ਤੇ ਵੀ ਜਦੋਂ ਮਿਲਦੇ ਹੁੰਦੇ ਸੀ, ਅਤੇ ਮੈਨੂੰ ਆਹ ਚੀਜ਼ ਬਹੁਤ ਪਸੰਦ ਸੀ। ਸਰਗੁਣ ਇਜ਼ ਅ ਵੈਰੀ ਗਿਵਿੰਗ ਪਰਸਨ, ਮੈਨੂੰ ਨਹੀਂ ਪਤਾ ਕਿੰਨੇ ਕੁ ਲੋਕਾਂ ਨੂੰ ਇਹ ਚੀਜ਼ ਪਤਾ ਹੈ ਕਿ ਸ਼ੀ ਹੈਜ਼ ਅ ਬਿਗ ਹਾਰਟ, ਸ਼ੀ ਹੈਜ਼ ਅ ਬਿਗ ਟੇਬਲ, ਲਾਈਕ ਐਂਡ ਆਲਵੇਜ਼ ਟੇਬਲ ਵਿਚ ਇਜ਼ ਆਲਵੇਜ਼ ਫੁੱਲ ਫੋਰ ਐਵਰੀਬਡੀ, ਲਾਈਕ ਸ਼ੀ ਫੀਡਸ ਪੀਪਲ, ਸ਼ੀ ਲਵਸ ਫੀਡਿੰਗ ਪੀਪਲ, ਐਂਡ ਇਹ ਬਹੁਤ ਰੇਅਰ ਟ੍ਰੇਟ ਆ ਲੋਕਾਂ 'ਚ ਕਿ ਈਵਨ ਮੈਂ ਮਤਲਬ ਆਈ ਡੋਂਟ ਨੋ ਇਫ ਮਤਲਬ ਉਹਨੂੰ ਬੁਰਾ ਲੱਗੇ ਸ਼ਾਇਦ, ਬਟ ਜੇ ਤੁਸੀਂ ਸਰਗੁਣ ਨਾਲ ਕਿਤੇ ਗਏ ਹੋ ਰੈਸਟੋਰੈਂਟ 'ਚ, ਸ਼ੀ ਵਿਲ ਪੇ ਐਂਡ ਸ਼ੀ ਵਿਲ ਇਨਸਿਸਟ ਔਨ ਪੇਇੰਗ, ਐਂਡ ਐਟ ਸੇਮ ਰਵੀ ਭਾਅ ਜੀ ਹਰ ਹਸਬੈਂਡ, ਲਾਈਕ ਸੋ ਲਾਈਕ ਇਹ ਮੇਡ ਫੋਰ ਈਚ ਅਦਰ। ਹਾਂ, ਦੇ ਆਰ ਮੇਡ ਫੋਰ ਈਚ ਅਦਰ, ਔਰ ਆਹ ਇਹ ਕੁਆਲਿਟੀ ਨਾ ਮੈਨੂੰ ਲਾਈਫ ਦੇ ਵਿੱਚ ਬਹੁਤ ਪਸੰਦ ਆ ਲੋਕਾਂ 'ਚ, ਜਿਨ੍ਹਾਂ 'ਚ ਹੁੰਦੀ ਹੈ, ਅਤੇ ਕਿਉਂਕਿ ਮੇਰੇ 'ਚ ਵੀ ਲਾਈਕ ਆਈ ਆਲਸੋ ਟਰਾਈ ਟੂ ਬੀ ਦੈਟ, ਮਤਲਬ ਮੇਰੇ ਮਾਈ ਡੈਡ ਇਜ਼ ਲਾਈਕ ਦੈਟ, ਅਤੇ ਮੈਨੂੰ ਓਨੈਸਟਲੀ ਐਂ ਲੱਗਦਾ ਕਿ ਇਫ ਯੂ ਕੈਨ ਗਿਵ, ਤੁਸੀਂ ਜਿੰਨੇ ਗਿਵਿੰਗ ਹੁੰਦੇ ਹੋ, ਸੋ ਹਰਮਨ ਦਾ ਕੈਰੈਕਟਰ ਇਜ਼ ਲਾਈਕ ਦੈਟ, ਅਤੇ ਮੈਨੂੰ ਸਰਗੁਣ 'ਚ ਆਹ ਚੀਜ਼ ਬਹੁਤ ਪਸੰਦ ਸੀਗੀ ਸੁਰਖੀ ਬਿੰਦੀ ਦੇ ਟਾਈਮ ਤੋਂ ਹੀ, ਬਟ ਮੈਂ ਇੰਨਾ ਆਹ ਚੀਜ਼ ਸਕਾਰਲੈਟ ਵਾਲੀ ਜੋ ਕਿ ਲਾਈਕ ਇੰਨੀ ਸਿਮਿਲਰ ਹੈ ਉਹ ਸਕਾਰਲੈਟ ਨਾਲ, ਇਹ ਜਦੋਂ ਮੈਂ ਸ਼ੂਟ ਕਰਨ ਲੱਗਿਆ ਉਦੋਂ ਹੀ ਮਤਲਬ ਹੌਲੀ ਹੌਲੀ ਸਿਮਿਲੈਰਿਟੀਜ਼ ਪਤਾ ਲੱਗਣ ਲੱਗੀਆਂ ਮੈਨੂੰ। ਸੋ ਆਏ ਇਹ ਚੀਜ਼ ਮਤਲਬ ਮੇਰੇ ਲਈ ਵੀ ਸਰਪ੍ਰਾਈਜ਼ਿੰਗ ਸੀ ਕਿ ਉਹ ਕਿੰਨੀ ਮਤਲਬ ਮੈਂ ਜੋ ਕੈਰੈਕਟਰ ਲਿਖਿਆ ਸੀ ਉਹ ਸਰਗੁਣ ਕਿੰਨੀ ਕਲੋਜ਼ ਆ ਉਹਦੇ। ਅਤੇ ਸਾਡੇ ਡਾਇਮੰਡ ਬੋਏ ਬਾਰੇ ਕੀ ਖਿਆਲ ਹੈ? ਡਾਇਮੰਡ ਬੋਏ ਇਜ਼ ਅ ਡਾਇਮੰਡ ਬੋਏ ਤਾਂ ਉਹਨਾਂ ਨੇ ਮਤਲਬ ਅਸੀਂ ਸੁਰਖੀ ਬਿੰਦੀ ਤੋਂ ਬਾਅਦ ਵਿਆਹ ਨਹੀਂ ਕਰਾਉਣਾ, ਉਹਨਾਂ ਨੇ ਪ੍ਰੋਡਿਊਸ ਕੀਤੀ, ਮੈਂ ਡਾਇਰੈਕਟ ਕੀਤੀ, ਅਤੇ ਸਾਡਾ ਇੱਕ ਅਲੱਗ ਬੋਂਡ ਹੋਣ ਲੱਗ ਗਿਆ, ਮਤਲਬ ਟੀਮ ਵਰਕ ਨਜ਼ਰ ਆ ਰਿਹਾ ਇੱਥੇ। ਵੀ ਆਰ ਲਾਈਕ ਬ੍ਰਦਰਸ ਐਂਡ ਆਈ ਐਮ ਐਲਡਰ ਬ੍ਰਦਰ, ਬਟ ਅਸੀਂ ਬਹੁਤ ਲੜਦੇ ਵੀ ਹਾਂ, ਅਸੀਂ ਬਹੁਤ ਐਵਰੀ ਡੇ ਵੀ ਮੇਕਅਪ ਐਂਡ ਪਹਿਲਾਂ ਅਸੀਂ ਕਾਫੀ ਫੋਰਮਲ ਰਿਲੇਸ਼ਨ ਸੀਗਾ, ਹੁਣ ਸਾਡੇ 'ਚ ਉਹੀ ਹੈ ਭਰਾਵਾਂ ਵਾਲੀ ਗੱਲ ਹੈ। ਸੋ ਐਵਰੀ ਬਈ ਜਦੋਂ ਕਹਿਣਾ ਉਹ ਟੂਟ ਬਹਿ ਤਾਂ ਬਹਿ, ਯਾ ਸੋ ਇਟ ਇਜ਼ ਲਾਈਕ ਦੈਟ। ਸੋ ਕਾਫੀ ਸਪੈਸ਼ਲ ਰਿਲੇਸ਼ਨ ਹੈ, ਮਤਲਬ ਰੇਅਰ ਹੁੰਦਾ ਕਿ ਇੰਡਸਟਰੀ 'ਚ ਤੁਹਾਨੂੰ ਇੱਦਾਂ ਮਿਲਦਾ ਹੈ ਇੱਦਾਂ ਦਾ ਰਿਲੇਸ਼ਨ। ਸੋ ਉਹ ਹੈ ਓਵਰਆਲ ਸਟੋਰੀ 'ਤੇ ਜੇ ਨਿਗਾਹ ਮਾਰੀਏ ਫਿਰ ਸਟੋਰੀ ਕੀ ਕਹਿ ਰਹੀ? ਸਟੋਰੀ 'ਤੇ ਨਿਗਾਹ ਤੁਸੀਂ 17 ਮਾਰਚ ਨੂੰ ਮਾਰੇ ਹੋ ਅਤੇ ਉਹਨੂੰ ਤੁਹਾਨੂੰ ਪਤਾ ਲੱਗਿਆ ਕਿ ਸਟੋਰੀ ਕੀ ਹੈ, ਬਟ ਇਟਸ ਅ ਸਟੋਰੀ ਵਿਦ ਅ ਹਾਰਟ, ਮਤਲਬ ਤੁਹਾਨੂੰ ਜੈਨੂਅਨਲੀ ਲੱਗੂਗਾ ਦੈਟ ਇਟ ਐਵੇਂ ਫ੍ਰਿਵਲਸ ਫਿਲਮ ਨਹੀਂ ਹੈਗੀ,
ਇਹਦੇ 'ਚ ਕੁਛ ਗੱਲ ਹੋ ਰਹੀ ਹੈ, ਕਿਸੇ ਚੀਜ਼ ਦੀ ਗੱਲ ਹੋ ਰਹੀ ਹੈ, ਪਿਆਰ ਦੀ ਗੱਲ ਹੋ ਰਹੀ ਆ, ਅਤੇ ਕਿਸ ਤਰ੍ਹਾਂ ਦੇ ਪਿਆਰ ਦੀ ਗੱਲ ਹੋ ਰਹੀ ਆ? ਮਤਲਬ ਇਹ ਚੀਜ਼ ਕਨਫਿਊਜ਼ਨ ਤਾਂ ਹਲੇ ਰਹਿਣੀ ਹੈ, 17 ਮਾਰਚ ਤੱਕ ਤੁਹਾਨੂੰ ਵੇਟ ਕਰਨਾ ਹੀ ਪੈਣਾ। ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅਤੇ ਪੂਰੀ ਟੀਮ ਨੂੰ, ਬਾ ਕਮਾਲ ਕੰਮ ਹੈ। ਸੀਰੀਅਸਲੀ ਮੈਨੂੰ ਇਸ ਟਾਈਪ ਦੀਆਂ ਫਿਲਮਾਂ ਪਸੰਦ ਹੈ। ਥੈਂਕ ਯੂ ਫੋਰ ਕਮਿੰਗ, ਅਤੇ ਪਲੀਜ਼ ਤੁਸੀਂ ਵੀ ਰਿਕੁਐਸਟ ਕਰੋ ਕਿ ਸਾਰੇ 17 ਮਾਰਚ ਨੂੰ ਦੇਖਣ ਆਓ ਪਲੀਜ਼ ਆਪਣੀ ਪੂਰੀ ਫੈਮਿਲੀ ਦੇ ਨਾਲ। ਇਹ ਫਿਲਮ ਟੋਟਲ ਐਂਟਰਟੇਨਮੈਂਟ ਹੈ ਅਤੇ ਤੁਸੀਂ ਤੁਹਾਡਾ ਪੂਰਾ ਟੋਟਲ ਪੈਸਾ ਵਸੂਲ ਫਿਲਮ ਹੈ, ਅਤੇ ਆਲਸੋ ਵੈਰੀ ਹਾਰਟ ਟੱਚਿੰਗ ਲਵ ਸਟੋਰੀ। ਤੁਸੀਂ ਕਿਹਾ ਕਿ ਤੁਸੀਂ ਵੀ ਰਿਕੁਐਸਟ ਕਰੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਟ੍ਰੇਲਰ ਜਦੋਂ ਦਾ ਯੂਟਿਊਬ 'ਤੇ ਪਿਆ ਨਾ, 100, 200, 300 ਕਰਨ ਚੱਟ ਚੱਟ ਕਮੈਂਟਸ, ਅਤੇ ਕਮੈਂਟਸ ਦੇ ਵਿੱਚ ਪਤਾ ਕੀ ਹੈ ਇਹ ਫਟਾਫਟ ਮੈਂ ਕਮੈਂਟਸ ਸਵੇਰ ਦਾ ਉਹੀ ਕਰ ਰਿਹਾ, ਮੈਂ ਕਮੈਂਟਸ ਹੀ ਪੜ੍ਹ ਰਿਹਾ। ਸੋ ਆਈ ਐਮ ਗ੍ਰੇਟਫੁਲ ਟੂ ਗੋਡ ਕਿ ਮੈਂ ਐਕਚੁਲੀ ਚਾਹੁੰਦਾ ਸੀ ਕਿ ਇਹੋ ਜਿਹਾ ਰਿਐਕਸ਼ਨ ਆਵੇ। ਮੈਂ ਐਕਚੁਲੀ 1 ਸਾਲ ਪਹਿਲਾਂ ਇੰਟਰਵਿਊਜ਼ ਕੀਤੇ ਸੀ ਵਿਆਹ ਨਹੀਂ ਕਰਾਉਣ ਲਈ, ਅਤੇ ਉਦੋਂ ਮੈਂ ਮੈਨਸ਼ਨ ਕਰਦਾ ਹੁੰਦਾ ਸੀ ਕਿ ਮੈਂ ਨਿਗਾਹ ਮਾਰਦਾ ਲਈ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਕਿਉਂਕਿ ਇਹ ਕੁਛ ਮੈਨੂੰ ਲੱਗਦਾ ਪਰਸਨਲੀ ਕਿ ਕੁਛ ਨਵਾਂ ਹੈ, ਅਤੇ ਮੈਨੂੰ ਇਹ ਲੱਗਦਾ ਕਿ ਲੋਕ ਅਪਰੀਸ਼ੀਏਟ ਕਰਨਗੇ। ਗਾਈਜ਼ ਮਸਟ ਵਾਚ, ਔਰ ਦੇਖਣਾ ਵੀ ਇੱਕ ਵਾਰ ਬਣਤਾ ਹੈ। ਸੋ ਗਾਈਜ਼ 17 ਮਾਰਚ ਨੂੰ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਜਾਣਾ ਹੈ, ਅਤੇ ਨਿਗਾਹ ਮਾਰਦੇ ਮਾਰਦੇ ਗੁਰਨਾਮ ਭੁੱਲਰ ਦੇ ਨਾਲ ਸਾਰੀ ਟੀਮ ਦੀ ਮਿਹਨਤ ਦੇਖਣੀ ਹੈ। ਫਿਲਮ ਦੇਖਣ ਤੋਂ ਬਾਅਦ ਆਪਣੇ ਰਿਵਿਊਜ਼ ਪੰਜਾਬੀ ਟੇਸ਼ਨ 'ਤੇ ਸ਼ੇਅਰ ਵੀ ਕਰਨਾ ਹੈ, ਅਤੇ ਇਸੇ ਤਰ੍ਹਾਂ ਦੇਖਦੇ ਰਹੋ ਪੰਜਾਬੀ ਟੇਸ਼ਨ। ਹੁਣ ਆਪਣੀ ਸ਼ਵੰਗ ਦੇ ਸਾਸੋ ਧੰਨਵਾਦ, ਥੈਂਕ ਯੂ ਸੋ ਮਚ।